हेलो एवरीवन, दिन चढ़ गया जी नवा नकोर अज। सो सब तो पहला काम असी लेने आ नींबू अते खीरे। चलो फिर जिहड़ी चीज़ बहुत ही लिश्कदी लगे बाहरों साफ सुथरी लगे उहदा डर ही लगता है, क्योंकि पूरी पॉसिबिलिटी होंदी है कि उहनू ट्रीट किया गया होवे कैमिकली। पर आ जिहड़े मैं एप्पल लए आ देखण नू सोहणे आ, आई थिंक बाहरों ही आउंदे आ इह, तां क्योंकि पहलां वी लए सी, यूज़ कीते सी ते वधिया निकले सी, जूसी सी, तां इस करके मैं दुबारा लै ले। थोड़े दिन पहलां ना किसी तों गल सुनी, कहिंदे वी कि जे कोई फल या सब्जी नू कीड़ा लगा होवे ना, वह बिना शक लै लियो भी उस जिहड़ा कीड़े वाला पोर्शन होगा उहनू कट के सिट दिओ, बाकी वरत लियो। क्योंकि जे उहदे ते कोई दवाई का छिड़का होया भी आ ते जे वह दवाई कीड़े नू नहीं मार सकी ना, फिर तुसीं भी सरवाइव कर जाओगे। एक डाउट जरूर हैगा मेरे मन च कि इन्हां ना एप्पल्स उत्ते स्टिकर लगे होंदे आ, कदे USA दा कदे न्यूजीलैंड दा, ਉਹ ਮੈਨੂੰ ਡਾਊਟ ਆ ਵੀ ਇਹ ਆਉਂਦੇ ਵੀ ਆ ਇਹਨਾਂ ਕੰਟਰੀਜ਼ ਤੋਂ ਕਿ ਬਸ ਸਟਿੱਕਰ ਛਪਾ ਕੇ ਰੱਖੇ ਆ ਅਤੇ ਕਦੇ USA ਵਾਲਾ ਲਾਤਾ ਅਤੇ ਕਦੇ ਨਿਊਜ਼ੀਲੈਂਡ ਵਾਲਾ ਲਾਤਾ। ਇਹ ਡਿਸਾਈਡ ਹੋ ਗਿਆ ਕਿ ਲੈਣਾ ਆਪਾਂ ਬੁਲਟ ਹੀ ਹੈ, ਪਰ ਬੁਲਟ ਵਿੱਚ ਕਿਹੜਾ ਮਾਡਲ ਲੈਣਾ ਆ, ਸਟੈਂਡਰਡ ਲੈਣਾ ਆ, ਸਟੈਂਡਰਡ ਵਿਦ ਸੈਲਫ ਲੈਣਾ ਆ ਜਾਂ ਕਲਾਸਿਕ ਲੈਣਾ ਆ, ਅਤੇ ਜੇ ਕਲਾਸਿਕ ਲੈਣਾ ਤਾਂ ਕਲਾਸਿਕ ਵਿੱਚ ਕਿਹੜਾ ਸ਼ੇਡ ਲੈਣਾ ਆ, ਉਹ ਹਾਲੇ ਫਾਈਨਲ ਨਹੀਂ ਹੋਇਆ ਆਪਣਾ। ਤਾਂ ਇਸ ਕਰਕੇ ਆਪਾਂ ਇੱਕ ਵਾਰੀ ਫਿਰ ਜਾ ਰਹੇ ਹਾਂ, ਏਜੰਸੀ ਜਾ ਰਹੇ ਹਾਂ, ਸ਼ੋਰੂਮ 'ਚ ਜਾ ਰਹੇ ਹਾਂ, ਉੱਥੇ ਥੋੜ੍ਹਾ ਦੇਖ ਕੇ ਵੀ ਕਿਹੜਾ ਜੱਚਦਾ ਆ, ਤਾਂ ਫਿਰ ਫਾਈਨਲ ਕਰਦੇ ਹਾਂ। ਬਾਕੀ ਕਿਉਂਕਿ ਅਵਲ ਨੇ ਚਲਾਉਣਾ ਆ, ਤਾਂ ਇਸ ਕਰਕੇ ਅਵਲ ਦਾ ਡਿਸੀਜਨ ਜਿਹੜਾ ਆ ਅਸੀਂ ਮੰਨ ਲਿਆ ਕਿ ਲੈਣਾ ਬੁਲਟ ਹੀ ਆ। ਆਪਾਂ ਬੁਕਿੰਗ ਅਮਾਊਂਟ ਵੀ ਅੱਜ ਦੇ ਆਉਣੀ ਆ, ਜੇ ਸਾਨੂੰ ਬਾਈਕ ਜਿਹੜੀ ਆ ਉਸ ਡੇਟ 'ਤੇ ਮਿਲਦੀ ਹੋਈ ਜਿਸ ਦਿਨ ਸਾਨੂੰ ਚਾਹੀਦੀ ਆ, ਕਿਉਂਕਿ ਸਾਨੂੰ ਬਾਈਕ ਅਸੀਂ ਬਾਈਕ ਲੈਣੀ ਆ ਇੱਕ ਪਰਟੀਕੁਲਰ ਡੇਟ 'ਤੇ, ਉਸ ਪਰਟੀਕੁਲਰ ਡੇਟ 'ਤੇ ਸਾਨੂੰ ਕਿਉਂ ਚਾਹੀਦਾ ਆ ਉਹ ਵੀ ਤੁਹਾਨੂੰ ਜਲਦੀ ਪਤਾ ਲੱਗ ਜੂਗਾ। ਏਜੰਸੀ ਪਹੁੰਚ ਕੇ ਮਿਲਦੇ ਹਾਂ ਜੀ ਫਿਰ ਤੁਹਾਨੂੰ। ਅਸੀਂ ਦੂਸਰੀ ਏਜੰਸੀ 'ਚ ਆਏ ਹਾਂ, ਇੱਥੇ ਅਸੀਂ ਇਸ ਕਰਕੇ ਆਏ ਹਾਂ ਕਿਉਂਕਿ ਅਵਲ ਜਿਹੜਾ ਆ ਉਹ ਗਨ ਮੈਟਲ ਗ੍ਰੇ ਦੇਖਣਾ ਚਾਹੁੰਦਾ ਸੀ, ਉੱਥੇ ਹੈ ਨਹੀਂ ਸੀ, ਤਾਂ ਲੱਗਿਆ ਵੀ ਸ਼ਾਇਦ ਹੋਰ ਵੀ ਇੱਥੇ ਜਿਹੜੀਆਂ ਸ਼ੇਡਸ ਆ ਮੇ ਬੀ ਲੱਗੀਆਂ ਹੋਣ ਬਾਈਕਸ ਇਹਨਾਂ ਦੇ, ਤਾਂ ਸਾਹਮਣੇ ਦੇਖ ਕੇ ਜ਼ਿਆਦਾ ਪਤਾ ਲੱਗਦਾ ਆ ਕਲਰ ਦਾ, ਸੋ ਇਸ ਕਰਕੇ ਇੱਥੇ ਆਏ। ਦੂਸਰਾ ਪ੍ਰਾਈਸ ਦਾ ਥੋੜ੍ਹਾ ਕੰਪੈਰੀਜ਼ਨ ਹੋ ਜੂਗਾ। ਬੁਲਟ ਫਾਈਨਲ ਹੋ ਗਿਆ ਜੀ, ਕਿਹੜਾ ਅਸੀਂ ਲੈਣਾ ਆ, ਕਿਹੜਾ ਮਾਡਲ ਲੈਣਾ ਆ, ਪਰ ਉਹ ਅਜੇ ਡਿਸਕਲੋਜ਼ ਨਹੀਂ ਕਰਨਾ, ਉਹ ਤੁਹਾਨੂੰ ਉੱਦਣ ਨਜ਼ਰ ਆਊਗਾ ਜਿੱਦਣ ਚਾਬੀ ਅਵਲ ਨੂੰ ਫੜਾਉਣਗੇ ਏਜੰਸੀ ਵਾਲੇ, ਸੋ ਉਦੋਂ ਤੱਕ ਤੁਹਾਨੂੰ ਥੋੜ੍ਹੀ ਜਿਹੀ ਵੇਟ ਕਰਨੀ ਪਊਗੀ। ਜਿਵੇਂ ਤੁਸੀਂ ਦੇਖਿਆ ਪਾਪਾ ਕਹਿ ਰਹੇ ਸੀ ਇੱਕ ਸਪੈਸ਼ਲ ਡੇਟ ਨੂੰ ਆਪਾਂ ਲੈਣਾ ਆ, ਮੈਂ ਤਾਂ ਆਪਾਂ ਨੂੰ ਕਹਿ ਰਿਹਾ ਆਪਾਂ ਕੱਲ੍ਹ ਹੀ ਲੈ ਆਉਂਦੇ ਹਾਂ ਜਾ ਕੇ, ਕਿਉਂਕਿ ਸਾਨੂੰ ਮਿਲਦਾ ਪਿਆ ਅਸੀਂ ਕੱਲ੍ਹ ਵੀ ਲੈ ਕੇ ਆ ਸਕਦੇ ਹਾਂ, ਪਰ ਆਪਾਂ ਕਹਿੰਦੇ ਕਿ ਨਹੀਂ ਉੱਦਣ ਹੀ ਲੈ ਕੇ ਆਉਣਾ, ਸੋ ਮੈਂ ਹੁਣ ਵੇਟ ਹੀ ਕਰ ਰਿਹਾ ਕਿਉਂਕਿ ਹਾਲੇ ਸਾਨੂੰ ਮਿਲਦਾ ਪਿਆ, ਪਰ ਆਪਾਂ ਫਿਰ ਵੀ ਰੁਕੇ ਹੋਏ ਹਾਂ ਵੀ ਉੱਦਣ ਹੀ ਲੈਣਾ, ਸੋ ਚਲੋ ਕੋਈ ਨਹੀਂ।
ਸਬਰ ਦਾ ਫਲ ਮਿੱਠਾ ਹੁੰਦਾ ਆ। ਨਾਲ ਹੀ ਹੋਟਲ ਹੈ ਜੀ ਹਯਾਤ ਏਜੰਸੀ, ਹਯਾਤ ਏਜੰਸੀ ਨਹੀਂ ਸੋਰੀ ਹਯਾਤ ਏਜੰਸੀ। ਮੋਲ ਆਫ ਅੰਮ੍ਰਿਤਸਰ 'ਚ ਅਵਲ ਪਹਿਲੀ ਵਾਰੀ ਪਾਰਕਿੰਗ 'ਚ ਗੱਡੀ ਲੈ ਕੇ ਚੱਲਿਆ ਆ। ਵੀ ਆਰ ਅੰਮ੍ਰਿਤਸਰ 'ਚ ਤਾਂ ਲੈ ਕੇ ਗਿਆ ਹੋਇਆ, ਲਾਈ ਹੋਈ ਆ ਉੱਥੇ ਨਹੀਂ। ਇਹ ਇਹਦਾ ਫਸਟ ਐਕਸਪੀਰੀਅੰਸ ਆ ਇਸ ਮੋਲ 'ਚ। ਅੰਮ੍ਰਿਤਸਰ 'ਚ ਪੂਰਾ ਰਸ਼ ਪਿਆ ਆ, ਦੇਖ ਲਓ ਪਾਰਕਿੰਗ ਹੈ ਫੁੱਲ ਫੁੱਲ ਆ। ਸੋ ਮੈਂ ਮੋਲ 'ਚ ਐਂਟਰੀ ਹੋਣ ਲੱਗੀ ਹੈ ਜੀ ਸਾਡੀ। ਸਤਿ ਸ਼੍ਰੀ ਅਕਾਲ ਜੀ, ਟੈਂਪਰੇਚਰ ਚੈੱਕ ਹੋਇਆ ਜੀ ਹੁਣ ਸਾਡਾ, ਹੁਣ ਹੋਏਗੀ ਚੈਕਿੰਗ। ਚੈਕਿੰਗ ਹੋ ਗਈ ਆ ਜੀ, ਸਾਡੇ ਕੋਲੋਂ ਕੁਛ ਨਹੀਂ ਨਿਕਲਿਆ। ਚਲੋ ਸ਼ੋਪਰ ਸਟੋਪ ਜਾ ਕੇ ਸਫਲਤਾ ਮਿਲ ਗਈ, ਅਵਲ ਨੂੰ ਪਸੰਦ ਆ ਗਏ ਉਸ ਕੱਪੜੇ। ਅਵਲ ਤੇ ਜਸਕਰਨ ਚਲੇ ਗਏ ਨੀਚੇ ਗੱਡੀ 'ਚ ਪਾਰਕਿੰਗ 'ਚ, ਤਾਂ ਅਵਲ ਦੀ ਟਰਾਊਜ਼ਰ ਦਿੱਤੀ ਸੀ ਆਲਟਰੇਸ਼ਨ ਲਈ, ਸੋ ਮੈਂ ਉਹ ਲੈਣ ਆਇਆ ਸੀ। ਸੋ ਕੰਮ ਮੁੱਕ ਗਿਆ ਸੀ ਇੱਥੋਂ ਦਾ, ਹੁਣ ਚੱਲੇ ਹਾਂ ਘਰ ਨੂੰ। ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ, ਅਗਲੇ ਵਲੌਗ 'ਚ ਫਿਰ ਮਿਲਾਂਗੇ। ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਪਸੰਦ ਆ ਰਹੇ ਨੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਚੰਗਾ ਜੀ, ਸਾਰਿਆਂ ਨੂੰ ਗੁੱਡ ਨਾਈਟ। ਉਹ ਲੱਗੀ ਆ ਜੀ ਗੱਡੀ, ਨੁੱਕਰੇ ਲਾ ਛੱਡੀ ਸਾਡੀ ਗੱਡੀ ਆ ਜੀ, ਕਿਉਂਕਿ ਰਸ਼ ਬਹੁਤ ਸੀ ਪਾਰਕਿੰਗ 'ਚ, ਤਾਂ ਇਸ ਕਰਕੇ ਹੁਣ ਅਵਲ ਨੇ ਮੈਨੂੰ ਦੇਖ ਲਿਆ ਆ, ਉਹਨੇ ਤਿਆਰ ਕਰਤੀ ਹੈ ਗੱਡੀ। ਡਰਾਈਵਿੰਗ ਸੀਟ 'ਤੇ ਬਾਏ ਬਾਏ ਕਰ ਰਿਹਾ ਹੈ। ਚੰਗਾ ਜੀ, ਗੁੱਡ ਨਾਈਟ, ਮਿਲਦੇ ਹਾਂ ਨੈਕਸਟ ਵਲੌਗ ਵਿੱਚ।